ਪੰਜਾਬ ਦੇ ਲੋਕਾਂ ਨੂੰ ਲੱਗਾ ਇੱਕ ਹੋਰ ਮਹਿੰਗਾਈ ਦਾ ਵੱਡਾ ਝਟਕਾ। ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ। ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ। ਦੱਸ ਦੇ ਕਿ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਧਾ ਦਿੱਤੇ ਨੇ। ਪਹਿਲਾਂ ਫੁੱਲ ਕਰੀਮ ਦੀ ਕੀਮਤ 68 ਰੁਪਏ ਸੀ, ਜੋ ਹੁਣ 61 ਰੁਪਏ ਹੋ ਗਈ ਹੈ, ਅਤੇ ਦੁੱਧ ਦੀਆਂ ਨਵੀਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋਣਗੀਆਂ। ਦੱਸ ਦੇ ਕਿ ਚਾਰੇ ਅਤੇ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭਾਰਤੀ ਡੈਰੀ ਅਤੇ ਪਸ਼ੂ ਪਾਲਕ ਮੁਸ਼ਕਿਲ ਦੇ ਨਾਲ ਆਪਣੀਆਂ ਲਾਗਤਾਂ ਦੀ ਵਸੂਲੀ ਕਰ ਰਹੇ ਨੇ। ਇਹ ਵਧੀ ਹੋਈ ਲਾਗਤ ਡੈਰੀ ਕੰਪਨੀਆਂ 'ਤੇ ਪਾ ਦਿੱਤੀ ਗਈ ਹੈ ਅਤੇ ਹੁਣ ਕਸਟਮਰਾਂ ਨੂੰ ਵੀ ਦੁੱਧ 'ਤੇ ਥੋੜ੍ਹਾ ਵਾਧੂ ਖਰਚ ਕਰਨਾ ਪਵੇਗਾ। ਬੀਤੇ ਦਿਨੀ ਮਦਰ ਡੈਰੀ ਅਤੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਅਮੂਲ ਨੇ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਕਰਨ ਦਾ ਐਲਾਨ ਕੀਤਾ ਸੀ, ਜੋ ਕਿ 17 ਅਗਸਤ ਤੋਂ ਲਾਗੂ ਹੋਇਆ ਹੈ। ਇਨਪੁੱਟ ਲਾਗਤਾਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਮਾਰਚ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਾਧਾ ਹੋਇਆ ਸੀ। ਦੱਸ ਦਈਏ ਤੁਹਾਨੂੰ ਕਿ ਦੁੱਧ ਦੀਆਂ ਕੀਮਤਾਂ ਵਿੱਚ ਕਿਉਂ ਵਾਧਾ ਹੋ ਰਿਹਾ ਹੈ। ਡੈਰੀ ਕੰਪਨੀ ਵੱਖ ਵੱਖ ਇਨਪੁੱਟ ਲਾਗਤਾਂ ਵਿੱਚ ਵਾਧੇ ਦਾ ਅਨੁਭਵ ਕਰ ਰਹੀਆਂ ਨੇ, ਜਿਸ ਵਿੱਚ ਪਿਛਲੇ 5 ਮਹੀਨਿਆਂ ਦੌਰਾਨ ਕਈ ਗੁਣਾ ਵਾਧਾ ਹੋਇਆ ਹੈ। ਅਮੂਲ ਦੇ ਬਿਆਨ ਵਿੱਚ ਕਿਹਾ ਗਿਆ ਕਿ ਇਕੱਲੇ ਪਸ਼ੂਆਂ ਦੇ ਚਾਰੇ ਦੀ ਲਾਗਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 20% ਦਾ ਵਾਧਾ ਹੋਇਆ ਹੈ। ਲਾਗਤਾਂ ਵਿੱਚ ਵਾਧੇ ਨੂੰ ਦੇਖਦਿਆਂ ਹੋਇਆਂ ਸਾਡੀਆਂ ਮੈਂਬਰ ਯੂਨੀਅਨਾਂ ਨੇ ਵੀ ਪਿਛਲੇ ਸਾਲ ਨਾਲੋਂ 8-9% ਦੀ ਰੇਂਜ ਵਿੱਚ ਕਿਸਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਦੌਰਾਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਲਗਭਗ 10% ਵਾਧਾ ਹੋਇਆ ਹੈ। ਜੂਨ ਵਿੱਚ GST ਕੌਂਸਲ ਨੇ ਪ੍ਰੀ ਪੈਕਡ ਪ੍ਰੀ ਲੇਬਲਡ ਦਹੀਂ, ਲੱਸੀ, ਪਨੀਰ ਅਤੇ ਮੱਖਣ ਵਰਗੀਆਂ ਡੈਰੀ ਵਸਤੂਆਂ 'ਤੇ ਵੀ 5% ਟੈਕਸ ਲਗਾਇਆ ਸੀ ਅਤੇ ਡੈਰੀ ਮਸ਼ੀਨਰੀ 'ਤੇ GST ਨੂੰ 12-18% ਵਧਾ ਦਿੱਤਾ ਸੀ।